ਫਾਰਮ ਬਣਾਇਆ ਹੋਇਆ ਜੀ ਭਾਈ ਦਾ, ਪਸ਼ੂਆਂ ਵਾਸਤੇ ਜੀ, ਨਾਲ ਹੀ ਪਸ਼ੂ ਰੱਖੇ ਹੋਏ ਨੇ ਇੱਥੇ। ਫਾਰਮ ਹਾਊਸ ਹੈ ਬਹੁਤ ਵਧੀਆ ਬਣਿਆ ਹੋਇਆ। ਬਹੁਤ ਵਧੀਆ ਕੰਮ ਹੈ ਜੀ, ਮਿਹਨਤ ਵੀ ਬਹੁਤ ਹੈ, 8-10 ਬੰਦੇ ਰੱਖੇ ਹੋਏ ਨੇ। ਲਸਣ ਹੈ ਜੀ ਬਾਈ ਦਾ ਲਾਇਆ ਹੋਇਆ ਤੇ ਬਹੁਤ ਵਧੀਆ ਜੀ ਲਸਣ। ਸਤੰਬਰ ਸਤੰਬਰ ਚ ਲਾਤਾ ਹੋਣਾ ਬਾਈ ਇਹ। ਸਤਿ ਸ਼੍ਰੀ ਅਕਾਲ ਜੀ ਸਾਰੇ ਗਰੁੱਪ ਵਾਲੇ ਵੀਰਾਂ ਨੂੰ ਜੀ। ਅੱਜ ਬਾਈ ਰਾਜ ਧਰਾਣੇ ਆਏ ਹੋਏ ਸੀ ਮਨੀ ਕਲੇਰ ਬਾਈ ਦੇ ਘਰੇ ਫਾਰਮ ਤੇ, ਤੇ 15 ਕਿੱਲਿਆਂ ਜੀ ਫੁੱਲਾਂ ਦੀ ਖੇਤੀ ਹੈ ਜੀ, ਸਾਰੇ ਤਰ੍ਹਾਂ ਦੇ ਫੁੱਲ ਲੱਗੇ ਹੋਏ ਨੇ ਤੇ ਨਾਲ ਹੀ ਸਬਜ਼ੀਆਂ ਸਾਰੀਆਂ। ਪਿਆਜ ਦੀ ਪਨੀਰ ਲੈਣ ਆਈ ਸੀ, ਵਧੀਆ ਕੀਤਾ ਹੋਇਆ ਕੰਮ, ਬਹੁਤ ਵਧੀਆ ਲੱਗਿਆ ਜੀ। ਕੁਦਰਤੀ ਖੇਤੀ ਵੀ ਕੀਤੀ ਹੋਈ ਹੈ ਘਰ ਵਾਸਤੇ ਜੀ, ਉਹ 'ਚ ਵੀ ਸਾਰਾ ਕੁਛ ਲਾਇਆ ਹੋਇਆ ਜੀ, ਸਾਰੀ ਤਰ੍ਹਾਂ ਦੇ ਫੁੱਲ ਨੇ ਜੀ, ਬਹੁਤ ਵਧੀਆ ਲੱਗਿਆ ਜੀ। ਗਰੁੱਪ ਵਾਲੇ ਵੀਰਾਂ ਨੂੰ ਖਾ ਲਈ ਬਾਹਰਲੀ ਸਾਈਡ ਆ ਗਈ, ਬਾਹਰ ਮੇਨ ਸੜਕ ਤੋਂ ਆਉਂਦੀ ਹੈ ਜੀ, ਢੋਲੀ ਢਾਲੀ ਭਰਨ ਨੂੰ ਬਣਾਇਆ ਹੋਇਆ ਜਗਾੜ ਜੀ, ਪਾਣੀ ਪੂਣੀ ਭਰਨ ਨੂੰ ਇਕੱਲਾ ਬੰਦੇ ਢੋਲੀ ਚੱਕ ਸਕਦਾ ਜੀ, ਵਧੀਆ ਬਾਈ ਮਨੀ ਬੈਠੇ ਆ। ਦਵਾਈਆਂ ਦਾ ਬਣਾਇਆ ਹੋਇਆ ਕਮਰਾ, ਸਾਰੇ ਤਰ੍ਹਾਂ ਦੀਆਂ ਦਵਾਈਆਂ ਪਈਆਂ ਜੀ ਇੱਥੇ, ਦੁਕਾਨ ਵਾਲਾ ਕੰਮ ਹੀ ਹੈ ਜੀ ਸਾਰਾ, ਸਾਰੇ ਤਰ੍ਹਾਂ ਦੀਆਂ ਦਵਾਈਆਂ ਪਈਆਂ ਜੀ। ਬਹੁਤ ਵਧੀਆ ਸਿਸਟਮ ਹੈ ਜੀ ਬਣਾਇਆ, ਵਧੀਆ ਵੱਡੇ ਪੱਧਰ 'ਤੇ ਕੰਮ ਕੀਤਾ ਹੋਇਆ ਜੀ ਪੂਰਾ। ਐਚੀ ਫਾਰਮ ਹਾਊਸ ਹੈ ਸਾਰਾ। ਸਤਿ ਸ਼੍ਰੀ ਅਕਾਲ ਜੀ ਸਾਰੇ ਗਰੁੱਪ ਵਾਲੇ ਵੀਰਾਂ ਨੂੰ ਜੀ। ਅੱਜ ਬਾਈ ਰਾਜ ਧਰਾਣੇ ਆਏ ਹੋਏ ਸੀ ਮਨੀ ਕਲੇਰ ਬਾਈ ਦੇ ਘਰੇ ਫਾਰਮ ਤੇ, ਅਤੇ 15 ਕਿੱਲਿਆਂ ਜੀ ਫੁੱਲਾਂ ਦੀ ਖੇਤੀ ਹੈ ਜੀ, ਸਾਰੇ ਤਰ੍ਹਾਂ ਦੇ ਫੁੱਲ ਲੱਗੇ ਹੋਏ ਨੇ ਅਤੇ ਨਾਲ ਹੀ ਸਬਜ਼ੀਆਂ ਸਾਰੀਆਂ। ਪਿਆਜ ਦੀ ਪਨੀਰ ਲੈਣ ਆਏ ਸੀ, ਵਧੀਆ ਤਾਂ ਇਹ ਕੰਮ, ਬਹੁਤ ਵਧੀਆ ਲੱਗਿਆ ਜੀ। ਕੁਦਰਤੀ ਖੇਤੀ ਵੀ ਕੀਤੀ ਹੋਈ ਹੈ ਘਰ ਵਾਸਤੇ ਜੀ, ਉਹ 'ਚ ਵੀ ਸਾਰਾ ਕੁਛ ਲਾਇਆ ਹੋਇਆ ਜੀ, ਸਾਰੀ ਤਰ੍ਹਾਂ ਦੇ ਫੁੱਲ ਨੇ ਜੀ, ਬਹੁਤ ਵਧੀਆ ਲੱਗਿਆ ਜੀ। ਮੈਂ ਕਿਹਾ ਗਰੁੱਪ ਵਾਲੇ ਵੀਰਾਂ ਨੂੰ ਖਾ ਲਈਏ ਫੋਟੋ। ਫਾਰਮ ਬਣਾਇਆ ਹੋਇਆ ਜੀ ਭਾਈ ਦਾ, ਪਸ਼ੂਆਂ ਵਾਸਤੇ ਜੀ, ਨਾਲ ਹੀ ਪਸ਼ੂ ਰੱਖੇ ਹੋਏ ਨੇ ਇੱਥੇ। ਫਾਰਮ ਹਾਊਸ ਹੈ ਬਹੁਤ ਵਧੀਆ ਬਣਿਆ ਹੋਇਆ,
ਬਹੁਤ ਵਧੀਆ ਕੰਮ ਹੈ ਜੀ, ਮਿਹਨਤ ਵੀ ਬਹੁਤ ਹੈ, 8-10 ਬੰਦੇ ਰੱਖੇ ਹੋਏ ਨੇ।